हाँ जी करिए फिर शुरू। चलो चलो लेट्स डू इट लेट्स डू इट। ओके वी आर नॉट वेरी प्रोफेशनल इन टर्म्स ऑफ बाइक सर्विसिंग पर देखते हैं आज करके कितना बनता। ओके ना ओके दिस इज द इंजन ऑयल। आई ऑलवेज प्रेफर पेनराइड। ओके पेनराइड इंडिया च आपां कीड़ा यूज करते हुंदे आ कैस्ट्रॉल। कैस्ट्रॉल R P 204 high flow filter media whatever blah 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 looks something like this made in Thailand Honda Yamaha Triumph finally karo shuru tel kala nikal raha hai chitta da nikal raha hai vich आई थिंक जो तेल यही रिफाइन होता होगा ना जब आप रीसाइकल करते हैं हाँ वो कई चीजें यूज होता है। हाउ डू यू रीसाइकल इट। अच्छा रीसाइकल ऑस्ट्रेलिया ਦੇ ਵਿੱਚ ਤੁਸੀਂ ਰੀਸਾਈਕਲ ਇਹਨਾਂ ਨੂੰ ਕਿਤੇ ਵੀ ਡੰਪ ਨਹੀਂ ਕਰ ਸਕਦੇ ਇਲੀਗਲ ਆ ਤੁਸੀਂ ਇਹਨਾਂ ਨੂੰ ਜ਼ਿਆਦਾ ਟਿਪ ਦੇ ਦੇ ਕੇ ਆਓ ਜਾਂ ਤੁਸੀਂ ਆਪਣੀ ਕਾਉਂਸਲ ਨਾਲ ਕੰਟੈਕਟ ਕਰੋ ਲੋਕੀ ਕਰਦੇ ਨੇ ਦੁਆਰਾ ਡੱਬੇ ਚ ਪਾ ਕੇ ਬਿੰਚ ਹੀ ਪਾ ਦਿੰਦੇ ਨੇ ਕਾਉਂਸਲ ਕਾਉਂਸਲ ਦੇ ਉੱਤੇ 12 ਮਹੀਨੇ ਲੱਗੇ ਹੁੰਦੇ ਕਾਉਂਸਲ ਦੇ ਉੱਤੇ ਉੱਥੇ ਜਾ ਕੇ ਪਾਇਓ। ਹਾਂ ਸਹੀ ਹੈ ਤੁਸੀਂ ਤੁਹਾਡੀਆਂ ਬੈਟਰੀਜ਼ ਕਾਰ ਦੀਆਂ ਬੈਟਰੀਜ਼ ਹੋ ਗਈਆਂ ਕੋਈ ਵੀ ਇਹਦਾ ਲਿਥੀਅਮ ਪ੍ਰੋਡਕਟ ਆਈ ਥਿੰਕ ਹੋ ਗਈਆਂ ਪ੍ਰਿੰਟਰ ਹੋ ਗਏ ਪੁਰਾਣੇ ਇਹ ਤੁਸੀਂ ਬਿਨ ਚ ਨਹੀਂ ਇੱਥੇ ਡੰਪ ਕਰ ਸਕਦੇ। ਹਾਂ ਬਿਲਕੁਲ ਓਕੇ ਜਿੰਨੀ ਦੇਰ ਡਰੇਨ ਹੁੰਦਾ ਨਾ ਮੈਂ ਡਿਸਟ੍ਰਿਕਟ ਕਲੀਨ ਕਰ ਦਿੰਦਾ ਹਾਂ। मैक्सिमम ਦੱਸਿਆ ਮੋਟਰਸਾਈਕਲ ਬਾਰੇ ਵੀ ਇਹਦੇ ਚ ਚੇਨ ਆ ਉਹ ਨਹੀਂ ਹੈਗੀ। ਹੈਵ ਯੂ ਨੋਟਿਸਡ ਇਟ। ਵਾਹ ਯਾਰ ਇਹਦੇ ਚ ਹੈ ਚੇਨ ਨਾ ਚੇਨ ਆ ਨਾ ਇਹਦੇ ਚ ਉਹ ਬੈਲਟ ਆ। ਅੱਛਾ ਬੇਰੇ ਚ ਕੀ ਆ ਇਹ ਡਰਾਈਵ ਸ਼ਾਫਟ ਕਹਿੰਦੇ ਇਹਨੂੰ। ਅੱਛਾ ਦਿਸ ਇਜ਼ ਐਗਜ਼ੈਕਟਲੀ ਲਾਈਕ ਜਿਵੇਂ ਕਾਰਸ ਦੇ ਵਿੱਚ ਨਹੀਂ ਹੁੰਦਾ ਡਿਫਰੈਂਸ਼ੀਅਲ ਹਾਂ ਇਹੋ ਆ ਇਹਨੇ ਸ਼ਾਫਟ ਦੇਖਿਆ ਹੋਵੇ ਸਾਡੇ ਵਾਲੇ ਦਾ ਉਹਨਾਂ ਚੇਨ ਲੱਗੀ ਹੈ ਨਾ ਇਹ ਚੇਨ ਹੀ ਹੈ। ਹਾਂ ਸ਼ਾਫਟ ਡਰਾਈਵ ਸ਼ਾਫਟ ਡਰਾਈਵ ਕਹਿੰਦੇ ਇਹਨੂੰ। ਇਟਸ ਲੋ ਮੇਨਟੇਨੈਂਸ ਕੁਝ ਕਰਨ ਦੀ ਲੋੜ ਨਹੀਂ ਉਹਨੂੰ ਲੁਬਰੀਕੇਸ਼ਨ ਕਰਨ ਦੀ ਲੋੜ ਨਹੀਂ। ਆਹੋ ਜਦੋਂ ਵਿਆਹ ਤੇ ਰਬਦੀ ਨਹੀਂ ਕੋਈ ਬੋਲ ਵਿਆਹ ਕਹਿੰਦਾ ਵੀ ਕਹਿਣਾ ਮੈਂ ਤਾਂ ਵਿਆਹ ਚ ਵੀਚ ਗਿਲਦੀ ਹੋਈ ਆ ਫਿਰ ਉਹ ਗਰੀਸ ਨਹੀਂ ਇਹ ਉਹ ਕਰੋ ਸਹੀ ਹੈ ਸਹੀ ਹੈ। ਪਿੰਟੂ ਬਾਈ ਕੋਲ ਵੀ ਇਹੀ ਆ ਮੋਟਰਸਾਈਕਲ ਨਾ। ਆਹੋ ਉਹ ਵੀ ਸ਼ੈਡੋ ਦਾ ਨਾ ਉਹ ਵੀ ਸ਼ੈਡੋ ਆ ਉਹਦੇ ਕੋਲ ਹੈਗਾ ਸਪੋਰਟਸ ਵਾਲਾ ਭਰ ਦੇ ਨਾ ਦੇਖੀ मुझे गोरे कर दे उन्होंने पता करना यूज द लिफ्ट राइट बंदे बनो हेल्थ एंड सेफ्टी है ना ये देसी तरीका ਇੰਡੀਆ ਚ ਮੈਂ ਸੁਣਿਆ ਕਈ ਪਤਾ ਕੀ ਕਰਦੇ ਆ ਜਿੱਦਾਂ ਹੁਣ ਏਦਾਂ
ਕੇ ਨਾ ਫੇਰ ਸਟਾਰਟ ਕਰਦੇ ਥੋੜੀ ਦੇਰ ਦੇ ਮੁੜ ਸਰ ਖਾਲੀ ਤੇਲ ਖਾਲੀ ਦੇ ਬੇਵਕੂਫੀ ਹੈ ਵਾਰੇ ਉਹ ਉਹਨਾਂ ਕੀ ਕਰਦੇ ਉਹ ਉਹ ਜਿੰਨਾ ਵਿੱਚ ਰਹਿ ਗਿਆ ਉਹ ਉਹ ਨਿਕਲ ਜਾਂਦਾ ਟੈਕਨੀਕਲੀ ਦੈਟਸ ਰੋਂਗ ਐਕਚੁਅਲੀ ਟੈਕਨੀਕਲੀ ਟੈਕਨੀਕਲੀ ਉਹ ਗਲਤ ਹੈ ਪਰ ਬਟ ਇਟ ਵਰਕਸ ਐਟ ਟਾਈਮਸ ਹਾਂ ਪਰ ਇਹ ਵੀ ਇੰਜਣ ਲਈ ਸਹੀ ਨਹੀਂ ਇੰਜਣ ਲਈ ਸਹੀ ਨਹੀਂ ਉਹ ਧੱਕਾ ਕੀਤਾ ਪਰ ਮੇਰੇ ਨਾਲ ਅੰਦਰ ਤਾਂ ਹੀ ਕਰੋ 5 ਮਿੰਟ ਲਾ ਲਓ ਉਹਨੂੰ ਹਲਕਾ ਹਲਕਾ ਡ੍ਰਿਪ ਹੋ ਲੈਣ ਦਿਓ ਡ੍ਰਿਪ ਹੋਣ ਦਿਓ ਹਾਂ ਰਾਦਰ ਦੈਨ ਤੁਸੀਂ ਇੰਜਣ ਦਾ ਰਿਸਕ ਲੈਣ ਦਿਓ ਮੈਂ ਸੁਣਿਆ ਹੋਰ ਨਵੇਂ ਮੋਟਰਸਾਈਕਲ ਜਿਹੜੇ ਨੇ ਅੱਜ ਕੱਲ੍ਹ ਦੇ ਦੇ ਆਰ ਰੀਲੀ ਲਾਈਟ ਵੇਟ ਹਨਾ ਕਿੰਨਾ ਫਿਰ ਵੀ ਸਿਗਨੀਫੀਕੈਂਟਲੀ ਕਿੰਨਾ ਘੱਟ ਹੋਊਗਾ ਭਾਰ ਦੇਖ ਯਾਰ ਪੁਰਾਣੇ ਬੁਲਟ 2 ਕੁਇੰਟਲ ਤੱਕ ਸੀਗੇ 2 ਕੁਇੰਟਲ ਦਾ ਇੱਕ ਯਾਨੀ ਕਿ ਪੁਰਾਣਾ ਜਿਹੜਾ ਬੁਲਟ ਹੁੰਦਾ ਸੀ ਨਾ 1900 ਯਾਨੀ ਕਿ 95 ਤੋਂ ਪਹਿਲਾਂ ਵੀ ਜਿਹੜਾ 2000 ਤੋਂ ਬਾਅਦ ਬੰਦਾ ਦਾ ਜ਼ਿਆਦਾ ਚੇਂਜ ਹੋਣੇ ਸ਼ੁਰੂ ਹੋ ਗਿਆ ਹੁਣ 170 ਕਿਲੋ ਦਾ ਰਹਿ ਗਿਆ ਮੋਟਰਸਾਈਕਲ ਬੁਲਟ 170-178 ਕਿਲੋ ਪਹਿਲਾਂ 2 ਕੁਇੰਟਲ 30 ਕਿਲੋ 20 ਕਿਲੋ ਤੱਕ ਵੀ ਸੀਗੇ ਬੰਦਾ ਦਾ ਇੰਨਾ ਫਰਕ ਤਾਂ ਨਹੀਂ ਹੋਣਾ ਸੀਗਾ ਐਂ ਕਰਕੇ ਜਦੋਂ ਆਪਾਂ ਡ੍ਰਿਪ ਕਰਦਾ ਸੀਗਾ ਬਲਕੀ ਬਾਕੀ ਮੈਨੂੰ ਸਾਰਾ ਐਲੂਮੀਨੀਅਮ ਵੀ ਆ ਜਾਂਦਾ ਹੋਣਾ really heavy but it's not really it's light okay one throw one drop on like 30 second hold the button band kar ye pura pura raha hai re pura haan last ride to baad main tel full kara ke main laata hu to aur gaya nahi ਨਿਕਲਣਾ ਥੱਲੇ ਦੂਜੇ ਦਿਨ ਰੋਕੂ ਗੱਡੀ ਆ ਜਾ ਠੀਕ ਆ ਹਾਂ ਥੱਲੇ ਹੁਣ ਥੱਲੇ ਆਓ ਸਿੱਧਾ ਆ ਜਾ ਤੇਰੇ ਤੋਂ ਉੱਤੇ ਹੁੰਦਾ 3.3 ਹੁੰਦਾ ਤੂੰ 3 ਪਾ ਦੇ ਥੋੜਾ ਬਹੁਤ ਵਿੱਚ ਵੀ ਹੋਣਾ ਬਾਅਦ ਚੋਂ ਡਿਪਸਟਿਕ ਨੇ ਚੈੱਕ ਕਰਨਾ ਹੈ ਜਾਂ ਅੱਧਾ ਪਾ ਦਿੰਦੇ ਹਾਂ ਹਜੇ ਹਾਫ ਲੀਟਰ ਤੇ ਆਪਾਂ ਡਿਪਸਟਿਕ ਚੈੱਕ ਕਰਦੇ ਹਾਂ ਹੁਣ ਤਾਂ ਸੈਟਲ ਵੀ ਹੋ ਰਿਹਾ ਹੋਣਾ ਇਹਦਾ ਘੁੰਮਣਾ ਹਾਲੇ ਵਿੱਚ ਉਹਦੇ ਤੇਲ ਇੰਜਣ ਵਿੱਚ ਜਾਊਗਾ ਫੇਰ ਹੀ ਆ ਪਰ ਇਹ ਯਾਰ ਘੁੰਮ ਕੇ ਫਿਰ ਉਹ ਡਿਪਸਟਿਕ ਸ਼ੋਅ ਕਰਨ ਲੱਗ ਜਾਂਦੀ ਹੈ ਨਾ ਫਾਲਸ ਹੋ ਜਾਂਦੀ ਆ ਇੱਕ ਵਾਰੀ ਹੋਰ ਪਾ ਕੇ ਨਾ ਕੁਝ ਚੈੱਕ ਕਰ ਤੂੰ ਵੀ ਇਹੀ ਘੁੰਮਣਾ ਸੇਮ ਮੈਂ ਫੁੱਲੀ ਸਿੰਥੈਟਿਕ ਦਾ ਮੇਰਾ ਪੈਂਦਾ 15 ਵਜੇ ਸਾਡਾ ਮਿਲਣਾ ਬਹੁਤ ਮੁਸ਼ਕਲ ਆ
15,000 ਕਿ ਪੜਨਾ ਉਹਦੇ ਚ ਬੁਲਟ ਨੂੰ 15,000 ਆ ਯਾਰ ਤੇ ਮਤਲਬ ਪਤਾ ਹੁੰਦਾ ਹਾਂ ਹਾਂ 15 ਵਿੰਟਰ ਤੇ 50 ਉਹਦੀ ਮਤਲਬ ਇਹ ਇਹਦੇ ਅੱਜ ਤਾਂ ਡਿਗਰੀ 10 ਡਿਗਰੀ ਆ ਆ ਪਰ ਉਹਦੇ ਬੁਲਟ ਦੇ 15 ਪਿਆ ਚੱਲ ਅੱਛਾ 15 ਪਿਆ ਕਹਿੰਦੀ ਉਹ ਸੈਮੀ ਸਿੰਥੈਟਿਕ ਕਹਿੰਦੇ ਉਹਦੇ ਪਰ ਪਾਓ ਪਰ ਮੈਂ ਖੁਦ ਹੀ ਪਾਉਣਾ ਉਹ ਚੂਤ ਸਦੀ ਦੇ ਜਾਣ ਲੱਗੇ ਬੁਲਟ ਚ ਸਾੜੇ ਜਿਹਦੇ ਚਾਹੇ ਮਿਨਰਲ ਪਾ ਲੈ ਚਾਹੇ ਡੀਜ਼ਲ ਪਾ ਕੇ ਚਲਾਈ ਜਾ